ਸਮਾਨ ਦੇ ਸ਼ੇਸ਼ਨ ਕੀ ਆਇਆ ਸਟੇਜ ਤੇ ਪਹੁੰਚੇ ਨੇ ਉਹਨਾਂ ਦੇ ਨਾਮ ਪੰਚਾਇਤ ਮੈਂਬਰ ਨਾਮਾ ਪੰਚਾਇਤ ਮੈਂਬਰ ਮੋਹਰੀ ਸਿੰਘ ਪੰਚਾਇਤ ਮੈਂਬਰ ਅਸੀਂ ਇਹਨਾਂ ਦਾ ਤਹਿਲੋਂ ਧੰਨਵਾਦ ਕਰਦੇ ਆ ਇਹਨਾਂ ਨੇ ਕਿ ਨੀਂਦ ਦੀ ਟਾਈਮ ਤੋਂ ਟਾਈਮ ਕੱਢ ਕੇ ਸਾਡੇ ਇਹ ਟੂਰਨਾਮੈਂਟ ਵਿੱਚ ਰੌਣਕ ਲਾਈ ਆ ਚੱਲਦੇ ਮੈਚ ਦੇ ਵਿੱਚ ਚੱਕ ਭਾਈ ਜਿਹੜੀ ਟੀਮ ਜਿਹੜੀ ਜਿੱਤੂ ਟੀਮ ਹੈ ਕਿ ਜਿੱਤ ਦਾ ਸਵਾਦ ਪੂਰਾ ਉਹਨੂੰ ਨਹੀਂ ਆਉਣਾ ਕਿ ਜ਼ਿੰਦਗੀ ਚ ਦੇਖਿਆ ਨਹੀਂ ਜਿਹਨੇ ਕਦੇ ਹਾਰ ਕੇ ਕਿ ਲਾਂਗੀ ਦੀ ਯਾਰੀ ਵਾਲੋਂ ਅਣਖੀ ਦਾ ਵੈਰ ਚੰਗਾ ਜੇ ਵਾਰ ਵੀ ਕਰੂੰ ਤਾਂ ਵੀ ਕਰੂੰ ਲੜਕਾਰ ਕੇ ਜੇ ਵਾਰ ਵੀ ਕਰੂੰ ਤਾਂ ਵੀ ਕਰੂੰ ਲੜਕਾਰ ਕੇ ਅਗਲੀਆਂ ਸੇਵਾਵਾਂ ਲਈ ਸਾਡਾ ਵੀਰ ਸਹਿਤਾਂ ਦੀ ਧਰਤੀ ਨਾਲ ਬਿੱਟੂ ਇਸ ਏਰੀਆ ਦਾ ਮਹਾਨ ਬੁਲਾਰਾ ਮੇਰੀ ਵੀਰੋ ਅਗਲੀ ਮਾਖੀ ਦੇ ਕਬੱਡੀ ਦੀ ਬਾਤ ਪਾਵੇਗਾ ਕਮਾਲ ਕਰਦਾ ਹੋਇਆ ਨਹੀਂ ਕੀ ਕੱਚਾ ਦੇ ਪੱਕਾ ਨਹੀਂ ਲਾਉਣਾ ਚਾਹੀਦਾ
अगले मंजू के वर्षी जमाने मंजू के वर्षी जमाने की टीम प्लेयर खेड़ कबड्डी ग्राउंड के नजदीक ही पहुंचा मंजू के वर्षी जमाने संसार हस्तियां सारे का बहुत बहुत धन्यवाद खेड सब जवान रखिए एक एक लफ्ज पढ़िए एक एक बयान पढ़िए तो मेरे भी स्वाद आ रहा है अमल करिए जिंदगी सुधारण खेड़ है कि महफिल जान पंजाबी शेर के गलों गिदड़ शेर नहीं बनते कदे रंगा के खलों भारत गल जी रहा हाल पंजाबी है यार पंजाबी है मेरा प्यार पंजाबी है ऊंचा लंबा कद है ऊंचे हुए शरीर है बोले हुए भावा तली हुई शाम है बढ़ चढ़ के पहनी हुई कबड्डी है मेरे वीरो खेड़ कबड्डी ग्राउंड अंदर हट कबड्डी जा रहा है खेड़ बड़े सरदारा दी कि लैके गल कदे नहीं है गुरु नु पढ़ाई दा मान नहीं है कली दा थोड़ी ही चढ़ाई दा बुढ़े बेच समाना पैर धरती ते टकाई दा लगता नहीं पता उस सच्चे रब का ला दिन धरती के नक भी तार के सुखी तक लिख देंगे सच भी तार के सुखी तक लिख देंगे सच भी लखे की कबड्डी पाई मेरे भी नामे मंडी बड़े लखी की पाई हुई कबड्डी कुछ नहीं पटिया पर पॉइंट जरा धावी दे हिस्से जुड़ता हुआ कि मंदरा ने गुस्सा जरा रोज नहीं झड़कता बेच ग्राउंड दे उस कंबरू तक कदे पैर नहीं झड़कता आंदा बरूदिया ने मेरे हाथ हाथ भी ਹਾਰ ਦੇ ਸੁਖੀ ਦਾ ਗੱਲਾ ਲਿਖਦੇ ਦੇ ਸੱਚ ਵੀ ਫੜਿਆ ਹੋਏ ਕੋਟਾ ਬੰਜੀ ਹੋਈ ਕਹਿੰਦੀ ਹੈ ਕਿ ਘੁੰਮ ਜਾ ਕੇ ਘੁੰਮ ਤੈਨੂੰ ਕੱਤਰ ਵਾਲੀ ਜਿਵੇਂ ਤਰਸੇ ਕੁਮਾਰ ਸਰਦਾਰ ਦੀ ਫੈਸਲਾ ਕਰਦੇ ਇਹ ਪੁਆਇੰਟ ਜਿਹੜਾ ਜਾਤੀ ਦੇ ਹਿੱਸੇ ਜੁੜਦਾ ਪਿਆ ਦਵਾਨੇ ਵਰਸ ਵਿੱਚ ਮੰਜੂ ਕੇ ਦੋਵੇਂ ਟੀਮਾਂ ਜਾਤੀ ਨਾਲ ਖੇਡ ਕਬੱਡੀ ਗਰਾਊਂਡ ਵਿੱਚ ਪਹੁੰਚਣ ਦਵਾਨੇ ਵਰਸ ਵਿੱਚ ਮੰਜੂ ਕੇ ਕਿ ਪਿੰਡੂ ਦਾ ਹੱਥ ਪੱਕਾ ਮੱਖਣ ਦਾ ਜੱਫਾ ਪੱਪੂ ਦਾ ਤੱਕਾ ਤਿੰਨੇ ਕਹਿ ਬਚਾਉਂਦੇ ਨੇ ਕੰਮ ਵੀ ਲੋਰ ਕਿਤੇ ਨੇ ਤੋਰ ਸੁਖਮਣ ਦਾ ਜੋਰ ਇੱਕ ਨੂੰ ਹੱਥ ਲਾਉਂਦੇ ਨੇ ਇੱਕ ਦਾ ਚੜਨਾ ਨੱਟੂ ਦਾ ਕਰਨਾ ਪਾਲੇ ਦਾ ਚੜਨਾ ਤਿੰਨੇ ਅੱਖ ਕਰੋ ਗੁਰਪੁਰੀ ਦੀ ਟੰਗੀ ਬੰਜੀ ਤੇ ਮੰਡੀ ਇਹ ਤਿੰਨੇ ਗੱਲ ਸਿਰੇ ਹੀ ਲਾਉਂਦੇ ਨੇ ਪਿੰਡੂ ਦੀ ਫੋਨੇ ਜੋ ਜਵਾਨ ਲੱਗਦੇ ਧਰਮਾ ਕੱਕੂ ਤੇ ਮਾਣ ਇਹ ਗੱਲ ਕੀ ਤੋਂ ਲਾਂਭੀ ਜਾਂਦੇ ਨੇ ਕੰਮ ਵੀ ਲੋਰ ਕਿਤੇ ਦੀ ਤੋਰ ਸੁਖਮਣ ਦਾ ਜੋਰ ਇਹ ਕਬਰੂ ਹੱਥ ਲਾਉਂਦੇ ਨੇ ਅੱਖੀ ਪੱਟਣੀ ਇਹ ਖੋਜ ਜਾ ਕੇ ਧਰਮੇ ਨੂੰ ਫਸ਼ ਸਹਿਤ ਵਾਲੇ ਦਾ ਲਿਹਾਜ਼ ਪੂਰੀ ਸਾਡੀ ਸੱਜਣਾ ਬੜੀ ਔਖੀ ਹੁੰਦੀ ਖੇਡਣੀ ਕਬੱਡੀ ਸੱਜਣਾ ਬੜੀ ਔਖੀ ਹੁੰਦੀ ਖੇਡਣੀ ਕਬੱਡੀ ਸੱਜਣਾ ਲਾਉਣੇ ਠੰਡ ਵਿੱਚ ਠੰਡ ਪੈਂਦਾ ਗਰਮੀ ਚ ਪੈਂਦਾ ਬੜੀ ਔਖੀ ਹੁੰਦੀ ਖੇਡਣੀ ਕਬੱਡੀ ਸੱਜਣਾ ਕਿ ਕੌਂਡੀ ਇੱਕ ਤਪੱਸਿਆ ਸਭ ਕੁਝ ਸਹਿਣਾ ਕੋ ਮਾਪਿਆਂ ਦੀ ਵਿੱਚ ਰਜਾ ਦੇ ਰਹਿਣਾ ਕੋ ਵਿੱਚ ਗਰਾਉਂਡ ਦੇ ਧੱਕਾ ਮੁੱਕੀ ਜਾਣੀ ਕੋ ਜੇ ਬਣਨਾ ਸੁਪਰਸਟਾਰ ਤਾਂ ਮਿਹਨਤ ਕਰਨੀ ਕੋ ਜੇ ਬਣਨਾ ਸੁਪਰਸਟਾਰ ਤਾਂ ਮਿਹਨਤ ਕਰਨੀ ਕੋ ਫੜਿਆ ਹੋਇਆ ਕੋਟਾ ਜਾਪੀ ਦਾ ਜਾਪਾ ਕੇ ਤੇ ਬਹੁਤ ਵੱਡਾ ਹੈ ਪੁਆਇੰਟ ਜਾਪੀ ਦਾ ਪੁਆਇੰਟ ਜਾਪਰ ਦਾ ਹਾਂਜੀ ਆ ਬਾਹਰ ਗਿਆ ਉਹ ਫਾਈਨਲ ਮੈਚ ਕਿਹਨੇ ਬੈਸਟ ਰੇਡਰ ਤੇ ਬੈਸਟ ਜਾਪੀ ਸੁਣਾ ਗਿਆ ਉਹਨਾਂ ਦੇ ਨਾਮ ਸੁਣ ਲਓ ਆਪਾਂ ਦਾ ਜੋ ਸਟੇਜ ਦੇ ਨੇੜੇ ਰਹਿਣਾ ਉਹਨਾਂ ਨੂੰ ਵਿਸ਼ੇਸ਼ ਨਾਮ ਸੁਣਾ ਦਿੱਤਾ ਜਾਣਾ ਬੈਸਟ ਰੇਡਰ ਪਰਮਾਰ ਜਿਲ੍ਹਾ ਬੈਸਟ ਜਾਪੀ ਕਾਲੋ ਮਾਸੀ ਬੈਸਟ ਜਾਪੀ ਮੀਨਾ ਗਰੇ ਇਹ ਬਿੰਦੀ ਖੜਾਰੀ ਸਟੇਜ ਦੇ ਨੇੜੇ ਰਹਿਣਾ ਇਹਨਾਂ ਨੂੰ ਬੈਸਟ ਉਹਨਾਂ ਕਹਿੰਦੇ ਵੈਸੇ ਖਿਡਾਰੀਆਂ ਦੀ ਗੱਲ ਹੁਣ ਜਾ ਰਹੀ ਹੈ ਮੇਰੇ ਵੀਰੋ ਕਿ ਟੀਜੇ ਵਰਲਡ ਕਬੱਡੀ ਕੱਪ ਦੇ ਫਾਈਨਲ ਵਿੱਚ ਯਾਰੋ ਪਹਿਲਾ ਪੁਆਇੰਟ ਲੈ ਕੇ ਸੁਖਵੀਰ ਸੀ ਥਾਪੀ ਮਾਰ ਗਿਆ ਦੂਜੀ ਰੇਡ ਤੇ ਤਾੜੇ ਉੱਚ ਢਾਲਿਆ ਏਕਮ ਨੇ ਸਾਹ ਲਹੀ ਲੁਧਿਆਣਾ ਹੁਸੀ ਪਰਬਾ ਭਾਰ ਗਿਆ ਅੱਧੇ ਸਮੇਂ ਤੋਂ ਪਹਿਲਾਂ ਸੀ ਵੱਡੀ ਲੀਡ ਬਣਾਈ ਭਾਰਤ ਨੇ ਪਾਕਿਸਤਾਨੀ ਦੇ ਚਿਹਰੇ ਦਾ ਸੀ ਮੋਢੇ ਵਿਥਾਰ ਗਿਆ 10 ਮਿੰਟਾਂ ਸੀ ਬਾਜੇ ਖੀਰਾ ਮਾਰ ਦੀ ਗੱਡੀ ਨੇ ਦੂਜੀ ਟੀਮ ਦੀ
ਪ੍ਰੀਤ ਟਰੈਕਟ ਤੇ ਹੋਸ਼ ਵਾਰ ਗਿਆ ਪਧਾਉਣ ਵਾਲਾ ਕੋਸ਼ਿਸ਼ ਕਰੀ ਬਖੀਰੀ ਪਾਲੇ ਨੇ ਆਖਰ ਦੀ ਵਿੱਚ ਬਾਜੀ ਹਠੂਰ ਦਾ ਏਕ ਮਾਰ ਗਿਆ ਅੱਜ ਬਾਜੀ ਕੌਣ ਮਾਰੂਗਾ ਇਹ ਸਮਾਂ ਬਰਬਾਦ ਹੈ ਮੇਰੋ ਮੇਰੀ ਹੁੰਦੀ ਹੋਈ ਜਵਾਨੀ ਤਰਸੀਮ ਕੁਮਾਰ ਸਲਾਮ ਜੀ ਦਾ ਫੈਸਲਾ ਪੁਆਇੰਟ ਜਾਫੀ ਦਾ ਪੁਆਇੰਟ ਜਾਫੀ ਦੇ ਹਿੱਸੇ ਰੁੜਦਾ ਹੋਇਆ ਕਿ ਖੁੱਲ ਜਾਵੇ ਨੇ ਕਿਤਨੇ ਫੁਫਾ ਮੇਰੀ ਕਿਸਮਤ ਦਾ ਕਰ ਜਿਉਂ ਗਰੀਬੀ ਦੂਰ ਦੇ ਐਸਾ ਬੜਾ ਖਿਡਾਰੀ ਮੈਂ ਫਿਰ ਦੁਨੀਆ ਦਾ ਸੁਪਰ ਸਟਾਰ ਅੰਚ ਵੀ ਨਾ ਆਈ ਖਾ ਖਾ ਕੇ ਦਿਨ ਰਾਤ ਕਰਾ ਮਿਹਨਤ ਭਾਰੀ ਮੈਂ ਸਾਈਕਲ ਉੱਤੇ ਕੁੱਪਦਾ ਚੜ੍ਹ ਕੇ ਹਾਰ ਜਾਵਾਂ ਇੰਗਲੈਂਡ ਕੈਨੇਡਾ ਠੀਕ ਕਰੇ ਕਰ ਭਾਰੀ ਮੈਂ ਲੋਕੋ ਵਾਲੇ ਮਹਾਂਪੁਰਸ਼ਾਂ ਦੀ ਹੋਰ ਜਿਵੇਂ ਜਾਵੇ ਸਾਧੂ ਕਹਿੰਦੇ ਧਰਮੇ ਵਰਗੇ ਬੜਾ ਲਖਾਲੀ ਮੈਂ ਖੁੱਲ ਜਾ ਗਏ ਜੇ ਕਿਤੇ ਬੁਆ ਮੇਰੀ ਕਿਸਮਤ ਦਾ ਕਰ ਦਿਉ ਗਰੀਬੀ ਦੂਰ ਤੇ ਐਸਾ ਬੜਾ ਖਿਡਾਰੀ ਮੈਂ ਸਾਡੀ ਟੀਮ ਦੀ ਸਾਰੇ ਖਿਡਾਰੀਆਂ ਨੂੰ ਜੇ ਕਿਸੇ ਟੀਮ ਨੇ ਦੂਜੀ ਟੀਮ ਤੇ ਇਤਰਾਜ਼ ਕਰ ਲਓ ਅਸੀਂ ਨਹੀਂ ਮੰਨਣਾ ਕਿਉਂਕਿ ਮੈਚ ਤੋਂ ਬਾਅਦ ਤੁਸੀਂ ਇਨਾਮੀ ਵੀ ਅਸੀਂ ਤੁਹਾਨੂੰ ਕਹਿੰਦਾ ਸੀ ਕਮੇਟੀ ਨੂੰ ਕਹੋ ਜੇ ਕਮੇਟੀ ਕੋਲ ਤੁਹਾਡੀ ਅਪੀਲ ਗਈ ਤਾਂ ਮਨਜ਼ੂਰ ਹੋਵੇਗੀ ਲਓ ਇੱਧਰ ਦੇਖੋ ਨਾ ਉਹ ਜਣਾ ਕਰੂ ਲੱਖਾ ਨਹੀਂ ਰਿਸਾ ਚੜ੍ਹਦੀ ਜੀ ਜਵਾਨੀ ਹੈ ਨਾ ਉਹਦਾ ਕਰੂ ਮਾਰ ਕਰਦਾ ਥਾਪੀ ਕਿ ਮੈਂ ਵੀ ਪੁੱਤ ਹਾਂ ਕਰਦੇ ਵਰਗਾ ਨਹੀਂ ਅੱਖਾਂ ਬੰਦ ਕੇ ਦੀਰ ਟਿਕਾਣੇ ਲਾ ਦੂੰਗਾ ਅੱਖਾਂ ਬੰਦ ਕੇ ਦੀਰ ਟਿਕਾਣੇ ਲਾ ਦੂੰਗਾ ਗੱਲ ਉਹ ਬਣੀ ਪਈ ਆ ਜਿਹੜੇ ਵੀਰ ਪਾਰਟਿਸਪੇਟ ਨਹੀਂ ਕਰ ਰਹੇ ਨਹੀਂ ਇੱਕ ਸਾਈਡ ਤੇ ਹੋ ਜਾਣ ਜਿਹੜੇ ਵੀਰ ਖੜੇ ਖਿਡਾਰੀ ਨੇ ਇਹ ਨਾਲ ਦੇ ਪਲੇਅਰ ਖੜੇ ਆਪਣੀ ਸਾਈਡ ਤੇ ਹੋ ਜਾਣ ਜਿਹੜੇ ਵੀਰ ਅਭੀ ਖੜੇ ਨੇ ਦਿੱਲੀ ਇੱਕ ਸਾਈਡ ਤੇ ਕਿਉਂਕਿ ਦਰਸ਼ਕ ਮੇਰਾ ਵੀ ਜਿਹੜਾ ਆਪਣਾ ਪਿੰਡ ਦਾ ਸਵਾਦ ਵੀ ਆ ਰਿਹਾ ਮਿਲ ਮਿਲੋ ਉਹਨਾਂ ਨੂੰ ਸਭ ਦੇ ਦੇਖੋ ਖੇਡ ਕੋਟੀ ਬਣਾ ਦਿੱਤੀ ਹੈ ਰਾਮੇ ਮੰਡੀ ਵੱਲੋਂ ਕੋਟੀ ਬੈ ਚੁੱਕੀ ਹੈ ਜਿਹੜੇ ਦਰਸ਼ਕ ਵੀਰ ਆ ਜਾਂ ਖਿਡਾਰੀ ਆ ਜਾਂ ਪ੍ਰਬੰਧਕ ਵੀਰ ਆ ਚਾਹਨੇ ਅੰਦਰ ਬੈਠੇ ਨੇ ਸਾਡੇ ਹੱਥ ਵੱਧ ਕੇ ਬੇਨਤੀ ਵੀ ਉਹ ਪਲੀਜ਼ ਹੈ ਜਿਸ ਤਰ੍ਹਾਂ ਦਰਸ਼ਕ ਵੀਰ ਮੈਚਾਂ ਦਾ ਆਨੰਦ ਮਾਣ ਰਹੇ ਉਸੇ ਤਰ੍ਹਾਂ ਆਪਾਂ ਸਾਰੇ ਕਬੱਡੀ ਦਾ ਇਸੇ ਤਰ੍ਹਾਂ ਆਨੰਦ ਮਾਣੀਏ ਵਾਹ 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 ਵੇ ਧਾਵੀ ਦਾ ਵੇ ਧਾਵੀ ਦਾ ਧਾਵੀ ਨਾਮ ਜਾਂਦਾ 11 ਵਾਲਿਆ ਤੇ ਖਾਸ ਜਗਤ ਦਾ ਕਿੰਨਾ ਇਤਰਾਜ਼ ਸੀ ਜੀ ਕਹਿੰਦੇ ਨਹੀਂ ਕੋਈ ਨਾ ਨਹੀਂ
कि लाल मासे बुद्धिये हिंदर दौड़े देवी चिजाता बेंच पताने टक्कर ले और बेंटे वंगर साता सादे दराज देंगे दुर्गार से निमार में ब्लाक सामने मेंबर पहुंचे आज जो मेरा तार लोग धन्यवाद करते हैं दिया दिया यदि पर हेलो 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 पापा ये खड़ाई भी सहर तो लड़ो तगड़ा मैच खेले जा रहे हैं मेरे भीरू कि नार मास दे घुटने ही ने गावले दे बीच जाना भेंट बताने टक्कर नहीं पेट दे वाकर साना घुटने के दोस्त को फार जाते फिर दर्शन के शोर पे जाते हैं हैं तो पाकी दिन जंग बार का कितना है मैच दिखा दे हैं तो पाकी दिन जंग बार का मुकाबला मंजू ने मिट्टी जिन्हें परनाले का पेंट है बड़ा छोटा पेंट थे ये सिहारी का कैसे नाम बड़ा बड़ा फिर कमंडी की दुनिया में थे कोई बाप तो कहता कोई बंदूक कहता उन्हीं बीच साला जो मेरे सुनावने रखारी नहीं रोते रोते क्या कह जाती है मेरी बीरू ना वो पॉइंट इस वेरे था बीता उधर ठंडे पेंट था जगराज थोड़ी ड्राई पर पॉइंट बड़ा था बीता कि जगह जमे होते मेरे को बताया बड़ा होने लौटी खेल था कार कार पहुंचते जमे देते जगह शेर नहीं किसी ने बढ़ जाना एक जगह इंद्र पत्तों वाले खान
ਤੇ ਦੁਨੀਆ ਦਵਾਦੀ ਕਰਨ ਵਾਲੀ ਗੱਲ ਕਰ ਦਿੰਦਾ ਹੈ ਮੇਰੇ ਵੀਰੋ ਲੈ ਪੁਆਇੰਟ ਹੈ ਇਸ ਵੇਲੇ ਧਾਵੀ ਦੇ ਜਿਸੇ ਜੁੜਦਾ ਹੋਇਆ ਪਾਵੀ ਪੱਪ ਲਾਉ ਜਾਂਦਾ ਅਗਲੀ ਕਬੱਡੀ ਕਿ ਪਿੰਡਾਂ ਦੀ ਸੰਸਾ ਦੇ ਵਿੱਚ ਚਰਚਾ ਹੋ ਜਾਵੇ ਕੌਮੀ ਦੀ ਹਰਮਤ ਦੇ ਵਿੱਚ ਫੋਟੋ ਲੱਗੇ ਨੇ ਜਿੱਤ ਜਿੱਤ ਕੇ ਫੇਰ ਕੱਪਾ ਨਾਲ ਘਰ ਵੀ ਭਰ ਦੂਗਾ ਨਵੀਂ ਮਾਸ਼ੀ ਕੇ ਦੇ ਬਲਜੀਤ ਇੰਗਲੈਂਡ ਦੀ ਜੱਗੇ ਦਿਵਾਲੀ ਦੀ ਹਰ ਇੱਕ ਰੇਡ ਤੇ 200 ਦਾ ਬਾਣ ਸੁਣਾ ਉਧਰ ਕਹਿੰਦੇ ਡੱਲੇ ਪਿੰਡ ਦਾ ਨਾਮ ਜੱਗਾ ਨੂੰ ਜਗਰਾਜ ਉਧਰ ਸਟੇਜ ਤੇ ਝਾਕ ਮਾਰੀ ਤੇ ਜਗਰਾਜ ਸਿੰਘ ਦੀ ਮਾਸ਼ੀ ਦੇ ਵਾਲੇ 25 ਸਾਲ ਫੇਰ ਕਬੱਡੀ ਮੁਕਾਬਲੇ ਵਿੱਚ ਝੰਡੇ ਗੱਡੇ ਵਾਲੇ ਉਹ ਹੱਸਦੀ ਵੀ ਨਹੀਂ ਅੱਜ ਵੀ ਕਬੱਡੀ ਦੇ ਮੈਚਾਂ ਦਾ ਨਜ਼ਾਰਾ ਤੱਕ ਰਹੇ ਔਰ ਇਧਰ ਦੇਖੋ ਇੰਨੀ ਕਬੱਡੀ ਕਿਹੜਾ ਨਾਮ ਜਿਹੜਾ ਗੱਭਰੂ ਦੀਪਗੜ੍ਹ ਦੀ ਧਰਤੀ ਦਾ ਸਿਰਫੂ ਬਿਲਕੁਲ ਤਿਆਰ ਹੋ ਤਿਆਰ ਹੈ ਕਿ ਪਿੰਡਾਂ ਦੀ ਸੰਸਾ ਦੇ ਵਿੱਚ ਚਰਚਾ ਹੋ ਜਾਵੇ ਕੌਮੀ ਦੀ ਹਰ ਹੱਕ ਦੇ ਵਿੱਚ ਫੋਟੋ ਲੱਗੇ ਨੇ ਜਿੱਤ ਜਿੱਤ ਕੇ ਫੇਰ ਕੱਪਾ ਨਾਲ ਘਰ ਵੀ ਭਰ ਦੂਗਾ ਰੱਬ ਦੀ ਮਿਹਰ ਦੇ ਸੰਕਾ ਥਾਂ ਥਾਂ ਨਾਮ ਹੀ ਬੱਚੇ ਦੇ ਇਹ ਵੀ ਚੀਜ਼ ਮਾਲਕ ਬਿੱਟੂ ਦੇ ਇੱਕ ਦਿਨ ਪੂਰੀ ਕਰ ਦੂਗਾ ਜਿਹੜੀ ਇਸ਼ਾ ਜਿਹੜੇ ਦੇ ਅੰਦਰ ਬੈਠਾ ਧਾਰੀ ਮੈਂ ਖੁੱਲ ਜਾਵੇ ਨੇ ਕਿਤਨੀ ਬੁਹਾ ਮੇਰੀ ਕਿਸਮਤ ਦਾ ਕਰ ਦੇ ਗਰੀਬੀ ਦੂਰ ਤੇ ਐਸਾ ਬੜਾ ਗਾਹੀ ਮੈਂ ਲਓ ਪੁਆਇੰਟ ਸੈਂਪਲ ਦੀ ਰੈਡੀ ਕਰਦਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਪਾਵੇ ਪੱਪ ਲਾਉ ਜਾਂਦਾ ਅਗਲੀ ਕਬੱਡੀ ਖੇਡ ਕਬੱਡੀ ਬਣਾ ਦੇ ਵਿੱਚ ਕਿ ਪਾਲਰ ਪਰ ਚਸਕਾ ਤੋਂ ਮੀਂਹ ਨਾ ਲਗਾਉਣ ਦਾ ਖਾ ਕੇ ਖਰਾਕਾ ਬੱਲੇ ਬੱਲੇ ਕਰਵਾਉਣ ਦਾ ਲੱਗ ਜਾਵੇ ਮੀਲਾ ਝੂਮੇ ਲਮਾ ਮੈਂ ਦਹਾਕਾ ਦੇ ਮਾਂ ਬਾਪ ਦਾ ਤੂੰ ਨਾਂ ਚਮਕਾਉਣ ਜੋਗਾ ਕਰਦੇ ਬਣ ਜਾਵੇ ਨਾਂ ਮੇਰਾ ਨਿਕਲੇ ਗਰੀਬੀ ਮੇਰੀ ਮੈਨੂੰ ਕੌਡੀ ਵਿੱਚ ਚਰਚਾ ਕਰਾਉਣ ਜੋਗਾ ਕਰਦੇ ਮੈਨੂੰ ਕੌਡੀ ਵਿੱਚ ਚਰਚਾ ਕਰਾਉਣ ਜੋਗਾ ਕਰਦੇ ਦੀਪਗੜ੍ਹ ਦੀ ਧਰਤੀ ਦਾ ਸੈਂਪੂ ਅਗਲੀ ਕਬੱਡੀ ਬਣਦਾ ਹੋਇਆ ਕਿ ਸਾਈਕਲ ਨੂੰ ਉਤਰਾ ਮੈਂ ਝੂਟੇ ਲਵਾ ਕਾਰਾ ਦੇ ਭੁੱਲ ਜਾਵਾਂ ਦੁੱਖ ਮੈਂ ਗਰੀਬੀ ਦੀਆਂ ਮਾਰਾ ਦੇ ਭੁੱਲ ਜਾਵਾਂ ਦੁੱਖ ਮੈਂ ਗਰੀਬੀ ਦੀਆਂ ਮਾਰਾ ਦੇ ਸੁੱਖੀ ਲਿਖੇ ਸ਼ੇਰ ਮੈਂ ਦੁਨੀਆ ਤੇ ਛਾਇਆ ਨਾ ਸਪੀਕਰਾਂ ਨੂੰ ਮੈਂ ਪਰਵਾਉਣ ਜੋਗਾ ਕਰਦੇ ਕੌਮੀ ਵਿੱਚ ਚਰਚਾ ਕਰਾਉਣ ਜੋਗਾ ਕਰਦੇ ਮੈਨੂੰ ਕੌਮੀ ਵਿੱਚ ਚਰਚਾ ਕਰਾਉਣ ਜੋਗਾ ਕਰਦੇ ਅਗਲੇ ਮੈਚ ਦੀ 28 ਵਰਸੇ ਦਾ ਕਰਮਜੀਤ ਕਲਾ ਪਰਾਮਾ 28 ਵਰਸੇ ਦਾ ਕਰਮਜੀਤ ਕਲਾ ਪਰਾਮਾ ਹੈਲੋ ਆਨੇ ਜਗਾ ਦੋਨਿਆ ਜਿਹਨੇ ਵੀ ਪੁਆਇੰਟ ਲਵੇਗਾ ਉਹਨੂੰ 200 ਰੁਪਇਆ ਨਵੇਂ ਡਾਕਟਰ ਨੂੰ ਦਿੱਤਾ ਜਾਣਾ ਜਸ਼ਨ ਸਿੰਘ ਦੀ ਵਾਲਿਆ ਤੁਹਾਨੂੰ ਅਸੀਂ ਕਲਾ ਪ੍ਰਦਾਨ
समान जन प्राप्त कर लेना।
चंद प्राणी की टीम गुजरी ग्राउंड चौनी गुजरी चंद प्राणी की टीम लास्ट कॉल है जी उस टीम को नहीं असि उस टीम को सिखाई कर लगे हैं क्योंकि दूसरा राउंड है पहले मैच खेल चुकी है टीम हम वेट भी करती हुई नंगल ने मैच दसो जी कि टीम के नाल मल्ला ते हमदपुरा दीना साहब ने भी लड़ के रौंदा नंगल वासी रौंदा मल्ला ते हमदपुरा भीड़ लाउंगी ते दीना साहब ये तीन मैच जो हूँ बाकी ने सिखाई तो बिना मेरी बेनती चंद प्राणी की टीम को असि सिखाई कर जा रहे हैं लंबे समय तो आवाज दे रहे हैं जो दूसरे राउंड दाइया पाती सीर ने सारे जो मैच अनाउंस करती सी पर हम भी खिलाड़ी वीर सीरे पिथों ने लाके करे लाल बड़ी सब छपुरी संतान भी घट है नी
ਨਵਾਂ ਮੋਟਰਸਾਈਕਲ ਜਿੱਤੀ ਇੱਕ ਨੈਨੋ ਗੱਡੀ ਖੁਸ਼ੀ ਜਿੰਮੇ ਨੇ ਜਿੱਤੇ ਨੇ ਨਿਆਰਾ ਮੋਟਰਸਾਈਕਲ ਨੰਗੋਂ ਤੋਂ ਵਾਲੇ ਸਾਜੀ ਦੀ ਮੱਝ ਦਾ 20 ਬੱਡੀ ਪਰ ਆਉਣ ਵਾਲੇ ਸੁਖਮਣ ਨੇ ਜਿੱਤ ਕੇ 12 ਮੋਟਰਸਾਈਕਲ ਟੁੱਟੀ ਜੱਟ ਨੇ ਆਪਣੀ ਚਾੜ ਛੱਡੀ ਉਧਰ ਨਾਮਜਨ ਗੰਗ ਕਿਤੇ ਚਾਂਦਰ ਵੀ ਦੇ ਧਰਤੀ ਦਾ ਮਾਣਿਕ ਹੈ ਇੱਕ ਮਾਣਿਕ ਸਦਾ ਦੀ ਸੁਣੀਏ ਨੂੰ ਅਲਵਿਦਾ ਆਖਿਆ ਮਾਂ ਬੁੱਧੀ ਮਾਂ ਵੀ ਦੁਨੀਆ ਵਾਲਿਓ ਉਹ ਜਲਾਲ ਦੇ ਮਾਣਿਕ ਦੀ ਗੱਲ ਹੈ ਇਧਰ ਸਾਡੇ ਪਿੰਡ ਦਾ ਮਾਸ਼ੀ ਦੇ ਪਿੰਡ ਦਾ ਨਾਮਜਨ ਗੰਗ ਖੀੜ ਵੱਡੀ ਮਾਂ ਦੇ ਵਿੱਚ ਬੋਲੇ ਹੋਇਆ ਤਾਵਾ ਮਾਸ਼ੀ ਕੇ ਭਾਗੀ ਕੇ ਸੈਂਦੋ ਕੇ ਬਧੇਰੇ ਕੇ ਮਾਣੂ ਕੇ ਟੁੱਟੀ ਕੇ ਹਰ ਉਠੋ ਕੇ ਇਹ ਪਿੰਡ ਦੁਨੀਆ ਦੇ ਨਾਮ ਵਿੱਚ ਸਾਡਾ ਕੋਲ ਸਟੇਜ ਤੇ ਪਹੁੰਚੇ ਕੰਮਜੀਤ ਕਰਨਾ ਸੁਣੀ ਧਾਲੀ ਵਾਲ ਜੀ ਕਹਿੰਦੇ ਕਬੱਡੀ 75 ਕਿਲੋ ਵਾਲੇ ਦਾ ਸਾਈਕਲ ਪ੍ਰਾਈਜ਼ ਦੇ ਕੇ ਖਿਡਾਰੀਆਂ ਦੇ ਮਾਣ ਸਨਮਾਨ ਕਰਨੇ ਆ ਇਹ ਵੀ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ ਮੇਰੇ ਵੀਰੋ ਕਿ ਬੰਦਾ ਅਮੀਰ ਜੇ ਹੋ ਤੇ ਹੋ ਕਰੇ ਜੇ ਉਹ ਨੇਕ ਨਹੀਂ ਤੇ ਫਿਰ ਨਿਸ਼ਾਨ ਹੈ ਨਹੀਂ ਜਿਹੜਾ ਕੰਡੇ ਦਸਵੰਦ ਦਾ ਗੁਰੂ ਕਰਦਾ ਉਹ ਦੋਹੀ ਜਹਾਨ ਨਹੀਂ ਪਰਵਾਹ ਹੈ ਨਹੀਂ ਆ ਮਾਛੀਆਂ ਨੇ ਕੀ ਮੇਰੇ ਦੇ ਜਫਾ ਲਾ ਮਾਣਕ ਨੇ ਉਹਨੂੰ ਸ਼ਿੰਗਾ ਦੇ ਨਾਲ 100 ਰੁਪਏ ਨਾਮ ਦਿੱਤਾ ਜਾਂਦਾ ਨਾਮ ਭੇਜਿਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
चंद प्राणा मरसल माशी के जो मैच हुए उस मैच में माशी की टीम जी विनर है अगला मैच नंगल वर्सेज राउंडिंग टीम के दरमियान खेला जाएगा ताली हिम्मतपुर की धरती का खेल कबड्डी की मोहब्बत की आवाज कल खेल कबड्डी प्रांत में होगा। हेलो हेलो असे सारे खड़ा अगर तुम यात्री ना हो बेटे का तो क्या तीन चार बार खाओ ठीक ना हो एक आगे कटने जा रही है एक खड़ा अभी भी नोट कर लेना आज नौ नौ बजे ते टाइम ने रहा आप अपने तीमार एक पाव जान पिया तो मेरे लिए तीन चार बार खाओ साथे तुम्हें आना साथ का सपना तुम्हें तो सिंगी पहुंच जाएगा असीम वाला कुछ नहीं बोलो सारे बात कर ले यार जी आ गया सारे बुला रहे सारी प्रबंध की टूर्नामेंट कमेटी का सारे दर्शकों का बहुत बहुत धन्यवाद सारे अफसरों का कल दुनिया के सुपर स्टारों के नाल जुड़ना भी नहीं है ये खेल कबड्डी पवित्र ग्राउंड के नाल माशी की धरती के कल में दुनिया के चंद तारे ने पूछना ये इतिहास रचने वाली गल है आप मेरे भी इस खेल कबड्डी टूर्नामेंट का कल भी इसी तरह आनंद मानना हम दो दिन मैच बाकी है बाकी ने रहते मैच आप सवेरे कल 29 तारीख के विच लैके पुजेंगे साढ़े वीर ताली हिम्मतपुर की धरती का खेल कबड्डी ग्राउंड की गल करेगा वाहिगुरु बेर करे सच्चे पातशाह कल गुरु भी एक खिलाड़ी मेरी दुगड़ी रात चौगड़ी मेहनत कर मैं भी नाम जाना कर गल खेल कबड्डी बना दी ਬੇਟਾ ਸਾਡਾ ਬੇਟਾ ਬਹੁਤ ਹੀ ਸਾਡਾ ਪਿਆਰਾ ਮਿੱਤਰ ਹੈ ਇਸ ਕਬੱਡੀ ਟੂਰਨਾਮੈਂਟ ਦੇ ਬੜੇ ਤੌਰ ਤੇ ਮਾਨ ਸਨਮਾਨ ਦਾ ਸਵੀਰ ਦਾ ਅਸੀਂ ਧੰਨਵਾਦ ਕਰਦੇ ਹਾਂ ਮੈਂ ਜਿਹੜਾ ਮੂਗੜ ਔਰ ਰੌਂਦੇ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਹੈ ਦੋਨੇ ਟੀਮਾਂ ਔਰ ਨਾਲ ਹੀ ਹਿੰਮਤਪੁਰ ਤੇ ਮੱਲੇ ਦਾ ਮੈਚ ਹੋਣਾ ਵੀਰ ਰਾਉਗੇ ਤੇ ਦੀਨੇ ਸਾਹਿਬ ਦਾ ਮੈਚ ਹੋਣਾ ਸਾਰੀਆਂ ਟੀਮਾਂ ਤਿਆਰੀ ਕਰਕੇ ਕਬੱਡੀ ਦੇ ਮੈਦਾਨ ਵਿੱਚ ਆ ਜਾਣ ਚੜ੍ਹਦੇ ਸੂਰਜ ਨੂੰ ਹੋਰ ਸਲਾਮਾ ਚੜ੍ਹਦੇ ਸੂਰਜ ਨੂੰ ਹੋਰ ਸਲਾਮਾ ਸਿਕਦੇ ਨੂੰ ਕੋਈ ਪੁੱਛਣਾ ਨਹੀਂ ਸਿਮਰਨ ਨੂੰ ਕੀ ਪੁੱਛਣਾ ਨਹੀਂ ਕਾਲਾ ਬੁਝਿਆ ਹੋਇਆ ਹੈ ਬੁੱਧ ਬੁਝਿਆ ਬਹੁਤ ਬਹੁਤ ਧੰਨਵਾਦ ਕਰਦੇ ਸਾਡੇ ਵੀਰ ਜੱਗੇ ਵਰਗੇ ਇਸ ਕਬੱਡੀ ਟੂਰਨਾਮੈਂਟ ਦੇ ਨਾਲ ਜੁੜੇ ਹੋਏ ਆ ਪਰਗਟਾ ਵੱਡਾ ਵੀਰ ਕਾਲਾ ਲਾਈਆਂ ਦਾ ਡਿਸਟ੍ਰਿਬਿਊਟਰ ਦੇ ਬੁਝਿਆ ਹੋਇਆ ਹੈ ਅਸੀਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਮੈਂ ਜਿਹੜਾ ਜਲਦੀ ਨਾਲ ਸ਼ੁਰੂ ਕਰਵਾ ਦਿੱਤਾ ਜਾਵੇ ਮੈਂ ਜਾ ਜਲਦੀ ਨਾਲ ਸ਼ੁਰੂ ਕਰੋ ਤਾਂ ਕਿ ਬੜਾ ਗੁਮਰਾਹ ਨਾ ਹੋ ਸਕੇ ਅਸੀਂ ਦੇਖ ਕਾਲੇ ਵੀਰ ਨੂੰ ਬੇਨਤੀ ਕਰਦੇ ਆ ਬਿਸੜ ਕੇ ਮੇਰੀ ਮਿਸਾਲ ਕੋ
सामने नौजवान नंगल मिटवा नमी का झेंडा है और राधे वाले बब्बू ने कबड्डी पाई है सामने नौजवान नंगल मिटता काफी खेल मैदान बखरी जी गल हो और गुरु साहब तो हर मन का भी कहना धन्यवाद करते हैं भाई सात बार फिर पुजे हुए हैं इस कबड्डी टूर्नामेंट के जी के और सामने नौजवान आदि जो काफी जज नौजवान कबड्डी जज ने कबड्डी बनती है खेल मैदान के दुनिया दुबानी की सवारियां बाकी दुनिया दुबानी कारोबार जरूर होगा बंदा तो हिम्मत बुरे दीम है जल्दी ने कबड्डी के मैदान में आ जाओ बंदा तो हिम्मत बुरा काफी दविंदर नौजवान है कबड्डी हरविंदर सिंह जिसे दुले का नाम जाता है और आ भी नौजवान हरविंदर सिंह रसी पिंड का कबड्डी मॉडल ने चुकना हुए और चार जाफी सामने जसू वर्गे हैं नंगल पिंड के खिलाड़ी और पहला से हिम्मत बुरे की टीम जल्दी ना आ जाए रब जना नहीं याद रहता रब जना नहीं कद याद रहता जिनी जिन्होंने खुली उपरी चढ़ी खुली कई बार पर त्या के देखिए बंदा बुद्धू जहां से माया बड़ी बुद्धी कई बार पर त्या के देखिए बंदा बुद्धू जहां माया बड़ी बुद्धी बेकअप कर दिया देखिए आप कुड़िया गड्डी जो कद रेटा देखनी होती मखण वाला तो सामने जज की पिंडी कबड्डी क्या जाफी मोहना खड़ा है और नाल मंगन है नाल राजू अजनबी और सामने राजू की हल्का जज पा रहे हैं बर्बाद सौ रुपए भावी नौजवान कबड्डी जिंदर जिंदर एक खादवाल मशहूर है मेरे भीरू और आज जिंदर कबड्डी पाना पे रामते वाला नौजवान सामा टल गई है क्योंकि सजा ने जो मैच होते हैं तो सिरा हो जाता बैठ जाता है और सबने ताल ही कैची मार दी है फौजी रुकण वाला कहना भी अंक जरा मेरे भीरू धावी के हिस्से है जिंदर के हिस्से भावी नौजवान है मखण बराज ने लिखे गल बिल्कुल ध्यान के सुनने वाली है सुई नाल सदा दिख दे कंडा सुई नाल सदा दिख दे कंडा गल बननी नहीं बख्शूए तो मेहनत कीता सब बन जाता घर नहीं बनता जुए तो खाद वड्डी कस्सी हुंदी नहर वड्डी हुंदी सुए तो औरत तो सदा डरदा बंदा ये गल सुना ते सच है औरत तो सदा डरदा बंदा औरत डरदी जूफे तो मक्खन बरना पहाड़ बनदा देखे जैसे फुलके तो बाकी मेरे भी पहाड़ बन जाता देखे जैसे फुलके तो गल चंगी लगी ना यार ताड़ी मारो गल चंगी लगी है तो ताड़ी मार दे करो क्योंकि औरतों तो हर कोई डरता है और सामने एक ठगी बंदा है हरविंदर सिंह और सामने चार जाफी और मेरे भी ताड़ी वाला सिरे का खिलाड़ी है टुट टुट कबड्डिया पाते हैं भावी नौजवान दीपे कबड्डी नंगल पिंड वाला दीपा सिरी देखो आठ दिन तो सराने बन गया चारे पास बोल पटोल पिया नौजवान कबड्डी पाने तो निबान ना हो कहते खेडी जाती सी नौजवान अज खेडी जाते चंगे चंगे स्टेडियम कबड्डी हल्के जो टच पा रहे पर दलजीत का हौसला है बीएमपी जो तावी के हिस्से तावी नौजवान है कबड्डी मैदान के हरविंदर सिंह रस्सी वाला कबड्डी पाता है और संदीप वर्गे साढ़े भी अच्छ बढ़िया सभा हो रही है कबड्डी के मैदान में जिसे दूसरा ब्रांड दे कबड्डी भी अंदर के सामने जसू है कहते भी 152 पाउंड खेलने वाला 2011 खेडिया नौजवान कनेडा के ग्राउंडों में नौजवान जसू लंगर वाला कोशिश करता पर तावी बड़ा फुलिंग है भावी नौजवान का दीपे कबड्डी दीपे की पहली कबड्डी है माली जिन्ना मर्जी जाल हो जाए माली जिन्ना मर्जी जाल हो जाए हथी लाए बाग बजाने नहीं जाते दुखड़े सुनने कोई अपना चाहिए गहरा सवे दुखे खिलाड़ी नहीं जाते दुश्मन कर जे मार तो कोई फर्क नहीं पैंदा अपने लाजन फट सहारे नहीं जाते
ਬਖਣ ਬਰਾੜਾ ਮਨ ਦਾ ਗੱਲ ਬਜ਼ੁਰਗਾਂ ਦੀ ਨਿਮਨ ਦੇ ਕਦੇ ਕਰੇਲੇ ਜਾਣੇ ਨਹੀਂ ਜਾਂਦੇ ਮੋਤੀ ਨਾਲ ਪੀ ਕੇ ਰਹਿੰਦੇ ਜਿੱਥੋਂ ਇੱਕ ਵਾਰੀ ਬੰਦੇ ਦੇ ਬੁੱਤ ਮੁੜ ਕੇ ਫੇਰ ਦਵਾਰੇ ਨਹੀਂ ਜਾਂਦੇ ਬੰਦੇ ਦੇ ਬੁੱਤ ਮੁੜ ਕੇ ਉੱਥੇ ਫੇਰ ਦਵਾਰੇ ਨਹੀਂ ਜਾਂਦੇ ਜਿੱਥੇ ਵਾਰੀ ਪੰਜਾਬੀ ਇੱਕ ਵਾਰੀ ਦਾਰੂ ਪੀ ਲੈਂਦੇ ਆ ਹਾਮੀ ਹੋ ਜਾਂਦੀ ਪਰ ਦੁਬਾਰਾ ਨਹੀਂ ਜਾਂਦੇ ਉੱਥੇ ਗੱਲ ਸੋਹਣਾ ਤੇ ਸਾਜਾ ਬੱਖਣ ਬਰਾੜ ਦੀ ਔਰ ਸਾਹਮਣੇ ਕਬੱਡੀ ਪਾਉਂਦਾ ਹੋਇਆ ਹਰਦਵਿੰਦਰ ਸਿੰਘ ਮੱਲਾ ਤੇ ਹਿੰਮਤਪੁਰਾ ਦੋਨੇ ਟੀਮਾਂ ਤਿਆਰੀ ਕਰਕੇ ਜਲਦੀ ਨਾਲ ਕਬੱਡੀ ਦੇ ਮੈਦਾਨਾਂ ਵਿੱਚ ਆ ਜਾਣ ਮੈਂ ਫਿਰ ਤੋਂ ਧੰਨਵਾਦ ਕਰਦਾ ਬਾਈ ਕਾਲੇ ਦਾ ਇਸ ਟੂਰਨਾਮੈਂਟ ਦਾ ਪ੍ਰਧਾਨ ਵੀ ਔਰ ਬੱਤ ਵਰਗੇ ਸੀਨੇ ਵਰਗੇ ਔਰ ਭਾਜੀ ਵਰਗੇ ਨਾਜ਼ਰ ਬਾਦਸ਼ਾਹ ਬੈਠੇ ਹੈ ਬਹੁਤ ਬਹੁਤ ਧੰਨਵਾਦ ਕਰਦੇ ਸਾਰੀਆਂ ਸ਼ਖਸੀਅਤਾਂ ਦਾ ਔਰ ਸਮਿਤ ਦੀ ਨਗਰ ਪੰਚਾਇਤ ਦਾ ਸਾਹਮਣੇ ਕਹਿੰਦੇ ਵੀ ਨੌਜਵਾਨ ਜੱਜ ਕਬੱਡੀ ਪਾਉਂਦਾ ਹੈ ਪਰ ਉਹਨਾਂ ਦੇ ਵੀ ਉਹ ਸਿੱਖ ਸਰਦਾਰ ਗੁਰੂ ਹੈ ਸਿਰੇ ਦਾ ਜਾਫੀ ਜੂਤ ਵਰਗਾ ਪਾਈ ਜਾਂਦਾ ਹੈ ਪਰ ਜੱਜ ਆ ਦੇ ਵੀ ਜੱਜ ਜੱਜ ਕਮਾਲ ਕਰਦਾ ਕਬੱਡੀ ਦਾ ਵੀ ਜੱਜ ਹੈ ਸੋਹਣੀ ਕਬੱਡੀ ਪਾਉਂਦਾ ਨੌਜਵਾਨ ਹਾਸੇ ਨਾਲ ਜੀ ਜਲਾਬਾ ਫੁੱਟ ਪਾਲੇ ਹੈ ਗੋਰੀ ਗੱਲ ਦੇ ਦੇ ਰਹੀ ਹੈ ਆਵੀ ਨੌਜਵਾਨ ਕਬੱਡੀ ਸਾਹਮਣੇ ਹਰਦਵਿੰਦਰ ਸਿੰਘ ਕਬੱਡੀ ਪਾਉਂਦਾ ਹੈ ਹਰਦਵਿੰਦਰ ਦੀ ਕਬੱਡੀ ਪੈਂਦੀ ਹੈ ਗੇਮ ਕੋਈ ਹੋਵੇ ਗੇਮ ਕੋਈ ਹੋਵੇ ਹੁੰਦੀ ਹੌਸਲੇ ਦੀ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਾਰ ਵੀ ਜਾਂਦੇ ਨੇ ਲੋਕੀ ਫੱਟਦੇ ਨਹੀਂ ਕਿਸ਼ਤੀਆਂ ਵਿੱਚ ਚੜ੍ਹਦਾ ਮੁਸਾਫਰ ਰੁਕ ਵੀ ਜਾਂਦੇ ਨੇ ਮੁਸਾਫਰ ਤਰ ਵੀ ਜਾਂਦੇ ਨੇ ਸਦਾ ਸੋਹਣ ਦੇ ਜੱਗ ਜਮਾ ਦਿੰਦੇ ਪੈੜਾ ਗੋੜੀਆਂ ਸਜਣ ਕਰ ਰੱਖੀ ਜਾਂਦੇ ਨੇ ਮੱਖਣ ਬਰਾੜਾ ਜੇ ਆਪਣੇ ਪੁੱਤ ਬਣ ਜਾਣ ਜਾਂਦੇ ਮਾਪਿਆਂ ਨੂੰ ਮਾਜ ਕੇ ਧਰ ਜਾਂਦੇ ਨੇ ਜੇ ਪੁੱਤ ਆਪਣੀ ਬਣ ਜਾਣ ਜਾਂਦੇ ਮਾਪਿਆਂ ਨੂੰ ਮਾਜ ਕੇ ਧਰ ਜਾਂਦੇ ਨੇ ਪਰ ਮੇਰੇ ਵੀਰ ਕਬੱਡੀ ਨੇ ਜਦੋਂ ਸਟਾਰ ਬਣਦੇ ਆ ਮਾਪਿਆਂ ਹਿੱਕ ਤਾੜ ਕੇ ਪਿੰਡ ਦੇ ਵਿੱਚ ਤੁਰਦਾ ਵੀ ਮੇਰਾ ਪੁੱਤ ਕਬੱਡੀ ਦਾ ਸਟਾਰ ਹੈ ਦੁਖੀ ਮੇਰੇ ਵੀਰ ਹਿੱਕਾ ਤੜਦੇ ਆ ਛੋਟਿਆਂ ਵੀਰਾਂ ਛੱਡਦੇ ਕਰ ਦੀ ਰੀਸ ਸਰਾਫੀ ਹੁੰਦੀ ਆਹ ਅਦੇਖ ਲਾ ਕੇ ਮਿਲਦੇ ਕਬੱਡੀ ਖੇਡ ਪੰਜਾਬੀ ਹੁੰਦੀ ਆਹ ਅਦੇਖ ਲਾ ਕੇ ਮਿਲਦੇ ਕਬੱਡੀ ਖੇਡ ਪੰਜਾਬੀ ਹੁੰਦੀ ਬਾਕੀ ਪੰਜਾਬੀਆਂ ਦੀ ਖੇਡ ਆ ਸਾਹਮਣੇ ਬਾਈਆਂ ਦਾ ਮਾਰ ਸੁਣੇ ਕੈਂਚੀ ਰੇਟਰ ਸੁੱਕਾ ਜਾਵੇ ਨਾ ਮਾਰ ਸੁਣੇ ਕੈਂਚੀ ਰੇਟਰ ਸੁੱਕਾ ਜਾਵੇ ਨਾ ਇਹ ਜਿਹੜਾ ਸਵਾਬ ਦਾ ਦੱਸੋ ਜੀ ਆ ਰੋਵਾਂ ਕਾਲੇ ਮਨਾਂ ਦਾ ਲੜਕਾ ਸਟੇਜ ਤੇ ਪਹੁੰਚੇ ਰੋਵਾਂ ਪਨੀ ਲੰਗਲ ਦੀ ਨੀਰ ਬਿੰਦਰਾ ਰੁੱਟ ਕਰ ਜਾਣ ਨਾ ਕਰ ਹਰੋ ਹਰੋ ਆ ਸਾਹਿਬ ਸਿੰਘ ਜੀ ਕਾਲੇ ਵਾਲਾ ਜਿੱਥੇ ਵੀ ਵਾਲਾ ਸੁਣੋ ਆਪਣਾ ਸਮਾਨ ਜੇ ਲੈ ਲੈਣਾ ਸਾਹਿਬ ਸਿੰਘ ਜੀ ਕਾਲੇ ਵਾਲਾ ਸਟੇਜ ਤੇ ਆ ਜਾਣਾ ਨਾਦੀ ਸੰਤ ਬਾਲ ਗਿਰ ਜੀ ਦੀ ਬਾਤ ਸੁਣਦਾ ਹੈ ਕਿਰਪਾ ਕਰਕੇ ਫੁੱਲ ਤੇ ਆ ਜਾਓ ਜੀ ਕਬੱਡੀ ਟੂਰਨਾਮੈਂਟ ਦੇ ਬੜੀਆਂ ਫੜ ਗਏ ਕਬੱਡੀਆਂ ਪਾਈਆਂ ਸਰਾਜਾਂ ਨੇ ਦੋ ਕਬੱਡੀ
ਕਬੱਡੀ ਪਾਉਣ ਦੇ ਲਈ ਚੁੱਕਦਾ ਹੋਇਆ ਬੱਲੇਬਾਜ਼ ਪਰ ਸਾਹਮਣੇ ਕਾਣਾ ਕਹਿੰਦੇ ਵੀ ਦੁਨੀਆ ਦਾ ਮਹਾਨ ਜਾਫੀ ਹੈ ਔਰ ਮਾਣ ਕਰਦੇ ਆ ਯਾਦ ਕਰਾਉ ਕਰ ਨਾਲੀ ਕਲਕਲਾਂ ਵਾਲੇ ਨਾਰੀਆਂ ਦਾ ਤੁਰਨਾ ਮਾਣ ਕਰਦਾ ਜਾਫੀ ਦੇ ਉੱਪਰ ਇੱਕ ਵਾਰੀ ਤਾੜੀਆਂ ਮਾਰਦੇ ਕਾਣਾ ਕਹਿੰਦੇ ਵੀ ਜਦੋਂ ਆਪਾਂ ਭਾਗੇ ਭਰਾਣੇ ਨੂੰ ਜਾਂਦੇ ਆ ਤਾਂ ਰੋਡ ਦੇ ਪਿੰਡ ਮਾਣ ਕੇ ਖੇਡ ਹੁੰਦਾ ਉਸੇ ਪਿੰਡ ਦਾ ਫੁੱਟਾ ਪਿਛਲੇ ਸੀਜ਼ਨ ਦੇ ਵਿੱਚ ਡੁਗਰਾ ਘੋੜਾ ਜੇ ਤੇ ਸਵਾਰ ਜਾਂਦੇ ਮਾਣ ਕੇ ਵਾਲਾ ਫੁੱਟਾ ਲਾ ਕੇ ਤਕੜਾ ਜੇ ਜੱਫਾ ਆ ਕੇ ਮੇਰੇ ਵੀਰ ਹਿੰਮਤਪੁਰ ਦੇ ਹਿੱਸੇ ਨੂੰ ਲੱਗ ਗਿਆ ਆ ਵੀ ਇਕਬਾਲ ਸਿੰਘ ਦਾ ਜਾਂਦਾ ਹੈ ਕਬੱਡੀ ਖੇਡ ਮੈਦਾਨ ਦੇ ਵਿੱਚ ਇਕਬਾਲ ਦੀ ਕਬੱਡੀ ਪੈਂਦੀ ਹੈ ਔਰ ਚਾਰ ਜਾਫੀ ਸਾਹਮਣੇ ਗੁਰਜੀਤ ਹੈ ਬੱਲੇ ਵਾਲਾ ਕਹਿੰਦੇ ਨਾ ਇਹ ਬੜਾ ਵਧੀਆ ਜਾਫੀ ਹੈ ਔਰ ਸਾਹਮਣੇ ਖੁੱਜ ਕੱਢੀ ਹੈ ਫੜ ਲੈ ਪੱਟ ਧੂੜੀ ਹੈ ਸਰਦਾਰੀ ਪਰ ਫੌਜੀ ਦਾ ਇਸ਼ਾਰਾ ਵੀ ਹੈ ਕਿ ਜਿਹੜਾ ਤਾਵੀ ਦੇ ਹਿੱਸੇ ਹੈ ਸਾਹਮਣੇ ਕਹਿੰਦੇ ਵੀ ਸ਼ੀਨਾ ਕਬੱਡੀ ਬੋਲੀ ਔਰ ਨਾਲ ਹੀ ਸੱਤ ਵਾਰ ਫੇਰ ਪਿੰਡ ਵਾਲਾ ਨਾਰੀ ਜਿੱਥੇ ਮਾਂ ਨੂੰ ਸੁਣਦਾ ਹੈ ਕਿਰਪਾ ਕਰਕੇ ਕਬੱਡੀ ਦੇ ਮੈਦਾਨ ਤੇ ਜਾ ਜਾਂਦੀ ਵੀ ਡਰਾਉਂਗੇ ਤੇ ਦੀਨਾ ਸਾਹਿਬ ਦੀਆਂ ਟੀਮਾਂ ਨੇ ਖੇਡਣਾ ਹੈ ਇਹ ਵੀ ਜਲਦੀ ਨਾਲ ਆ ਜਾਂਦੀ ਹੈ ਦੀਨਾ ਸਾਹਿਬ ਤੇ ਵੀ ਡਰਾਉਂਗੇ ਸਾਰੀ ਅਕਬਾਲ ਦੀ ਉਹਨੇ ਕਬੱਡੀ ਖੇਡ ਮੈਦਾਨ ਦੇ ਵਿੱਚ ਅਕਬਾਲ ਦੀ ਕਬੱਡੀ ਪੈਂਦੀ ਹੈ ਤਕੜੇ ਨੂੰ ਮਾੜਾ ਸਾਥੀ ਦਬ ਜਾਂਦਾ ਹੈ ਤਕੜੇ ਨੂੰ ਮਾੜਾ ਸਾਥੀ ਦਬ ਜਾਂਦਾ ਜੇ ਬੜੀ ਮੋੜ ਦੀ ਗੱਲ ਹੋਵੇ ਹੋਰ ਮੋੜ ਦਾ ਪਤਾ ਨਹੀਂ ਮੋੜ ਕਿਦੋਂ ਬਣ ਜਾਂਦੀ ਬਾਕੀ ਮੋੜ ਦੀ ਗੱਲ ਹੁੰਦੀ ਹੈ ਕਈ ਵਾਰੀ ਕੋਈ ਤਕੜੀ ਭਾਰੀ ਟੀਮ ਦੇਖਦੇ ਪਰ ਆੜੇ ਖੜਾਰੀ ਹਾਰ ਜਾਂਦੇ ਕਿਉਂਕਿ ਜਿੱਤ ਹਾਰ ਹੈ ਆ ਵੀ ਸਿੱਧਿਆ ਲੱਗ ਜਾਂਦਾ ਕਬੱਡੀ ਖੇਡ ਮੈਦਾਨ ਦੇ ਵਿੱਚ ਪਹਿਲੇ ਪਿੰਡ ਦਾ ਸੀਤਾ ਔਰ ਗੱਦੀ ਦੇ ਉੱਪਰ ਫੁੱਟਾ ਸਿਰੇ ਦਾ ਜਾ ਫੇਰ ਜਿਹੜੀ ਔਰ ਬੰਦੇ ਉੱਪਰ ਬੰਦੇ ਜਾਫੀ ਮਾਰ ਕਰਦਾ ਕਿ ਤੋੜਨਾ ਕੱਲ ਕਰਾਉਣ ਵਾਲਾ ਸਰਸਾਨੀ ਬਹੁਤ ਹੋ ਗਿਆ ਤੇ ਸਾਹਮਣੇ ਮੇਰੇ ਵੀਰ ਕੋਸ਼ਿਸ਼ ਕੀਤੀ ਮੰਡੀ ਕਹਿੰਦੇ ਪਿਆਰ ਦੇ ਨਾਲ ਬਹੁਤ ਹੀ ਵਧੀਆ ਜਫਾ ਦਾ ਅੱਲਾਹ ਦੀ ਮੁਹੱਬਤ ਪੂਰੇ ਪਿੰਡ ਦਾ ਰੌਲਿਆ ਦਾ ਆ ਵੀ ਅਕਬਾਲ ਹੋ ਜਾਂਦਾ ਇੱਕ ਬੱਡੀ ਨਾਲੀ ਟੀਮ ਦੀਨਾ ਸਾਹਿਬ ਦੀਨਾ ਸਾਹਿਬ ਤੇ ਵੀਰ ਰਾਮਿਆਂ ਦੇ ਕਹਿੰਦੇ ਜਲਦੀ ਨਾਲ ਕਬੱਡੀ ਦੇ ਮੈਦਾਨ ਤੇ ਜਾ ਰਹੇ ਹਨ ਆ ਵੀ ਨਵੀਆਂ ਨੇ ਕਬੱਡੀ ਬੰਦੇ ਬੰਦੇ ਵਿੱਚ ਬੜਾ ਫਰਕ ਹੁੰਦਾ ਬੰਦੇ ਬੰਦੇ ਵਿੱਚ ਬੜਾ ਫਰਕ ਹੁੰਦਾ ਇਸ ਗੱਲ ਨੂੰ ਜਾਣਦਾ ਜੱਗ ਲੋਕੋ ਕਿਸੇ ਬੰਦੇ ਨੂੰ ਕਿਲੇ ਤਾਂ ਖੁਸ਼ੀ ਮਿਲਦੀ ਲੱਗੇ ਕਿਸੇ ਨੂੰ ਦੇਖ ਕੇ ਅੱਗ ਲੋਕੋ ਲੱਖ ਲੋਕੇ ਕੋਲ ਲੋਕਿਆਂ ਨਹੀਂ ਰਹਿ ਸਕਦਾ ਕਿਹੜਾ ਸਾਧ ਤੇ ਕਿਹੜਾ ਹੈ ਠੱਗ ਲੋਕੋ ਮੱਖਣ ਪ੍ਰਾਣ ਤੋਂ ਲੱਗਦੀ ਨਹੀਂ ਗੱਲ ਜੰਗੀ ਪੀਂਦੇ ਸਿੰਘਾਂ ਜੋ ਵੱਧ ਕੇ ਪੱਗ ਮਿੱਤਰੋ ਪੀਂਦੇ ਸਿੰਘਾਂ ਜੋ ਵੱਧ ਕੇ ਪੱਗ ਮਿੱਤਰੋ ਮੱਖਣ ਪ੍ਰਾਣ ਦੀ ਗੱਲ ਹੈ ਔਰ ਸਾਹਮਣੇ ਕਹਿੰਦੇ ਵੀ ਗੁਰੂ ਗੋਬਿੰਦ ਪੱਲੇ ਵਾਲਾ ਕਬੱਡੀ ਪਾਉਂਦਾ ਹੈ ਔਰ ਵੱਡੀ ਹਿੰਮਤ ਉਹਦੇ ਪਿੰਡ ਦਾ ਦੋ ਹੱਥ ਕਰਦਾ ਹੈ ਪਰ ਗੁਰੂ ਗੋਬਿੰਦ ਦੀ ਹਿੰਦੀ ਨਾਲ ਖੜਾ ਗਿਆ ਕਿਉਂਕਿ ਅੰਗ ਅੰਗ ਵਿੱਚ ਪੂਰੇ ਸ਼ਰਧਾਲੀਆਂ ਨੌਂ ਜਾਂਦੇ ਰਾਤੀ ਦੇ ਕਬੱਡੀ ਟੂਰਨਾਮੈਂਟ ਦੇ ਵਿੱਚ ਇਤਰਾਜ਼ ਦੇ ਵਿੱਚ ਬਹੁਤ ਵਧੀਆ ਕਬੱਡੀਆਂ ਪਾਈਆਂ ਸਵਾਰੀਆਂ ਨੇ ਆ ਵੀ ਭਾਰਤ ਹੋ ਜਾਂਦਾ ਹੈ ਕਬੱਡੀ ਹਿੰਮਤ ਉਹਦੇ ਪਿੰਡ ਦਾ ਭਾਰਤ ਸਿੰਘ ਕਬੱਡੀ ਪਾਉਂਦਾ ਹੈ ਔਰ ਚਾਰ ਜਾਫੀ ਨੇ ਗੁਰਜੀਤ ਨੌਂ ਜਾਂਦਾ ਕਰਦਾ ਕਰ ਖੇਡ ਮੈਦਾਨ ਦੇ ਵਿੱਚ ਆ ਨੌਜਵਾਨ ਨੇ ਵੀ ਸਿਰਾ ਕਰਦਾ ਰਾਜੇ ਦੇ ਕਬੱਡੀ ਟੂਰਨਾਮੈਂਟ ਦੇ ਕਿਉਂਕਿ ਆ ਵੀ ਅੱਧਾ ਰੱਖੀ ਸੀ ਪਰ ਸਾਹਮਣੇ ਪਾਕ ਦਾ ਹਿੰਮਤ ਗੁਰੀਆ ਨੇ ਕਿਸੇ ਗੱਲੋਂ ਕੱਟ ਨਹੀਂ ਜੇ ਤੂੰ ਕੁੜੀ ਲੁਧਿਆਣੇ ਦੀ ਨੀ ਮੈਂ ਵੀ ਮੁੰਡਾ ਮੋਗੇ ਸ਼ਹਿਰ ਦਾ ਜੇ ਤੂੰ ਕੁੜੀ ਲੁਧਿਆਣੇ ਦੀ ਮੈਂ ਵੀ ਜੱਟ ਮੋਗੇ ਸ਼ਹਿਰ ਦਾ ਬਾਕੀ ਮੋਗੇ ਦੇ ਜਿਹੜੇ ਦੀ ਕੀ ਫਿਰ ਦੇ ਦੂਸਰੇ ਬੰਦੇ ਲੁਧਿਆਣਾ ਜ਼ਿਲ੍ਹਾ ਹੈ ਵੀਰ ਰਾਮ ਕਹਿੰਦੇ ਨੇ ਆ ਚੁੱਕੇ ਜੇਕਰ ਕਬੱਡੀ ਦੇ ਮੈਦਾਨ ਵਿੱਚ ਗੁਜਰੀ ਪਰ ਨਾਲ ਹੀ ਦੀਨਾ ਸਾਹਿਬ ਦੀ ਵੀ ਜਾਂਦੀ ਨਾਲ ਜਾਂਦੀ ਬਾਕੀ ਵੀ ਭਜਾਲ ਪਾਉਣਾ ਮਾਲ ਦੇ ਪੁੱਤੇ ਨੇ ਮੁੰਡਾ ਦੇਖੋ ਜੀ ਦੇਸੀ ਜਿਹਾ ਲੱਗਦਾ ਹੈ ਪਰ ਬੜਾ ਵਧੀਆ ਖਿਡਾਰੀ ਹੈ ਆ ਵੀ ਪੰਦ ਹੋ ਜਾਂਦੇ ਕਬੱਡੀ ਬਾਕੀ ਇਹਦੇ ਮਾਈ ਜਿਹੜੇ ਬੜੇ ਵਧੀਆ ਖੇਡੇ ਗਏ ਦਰਸ਼ਕ ਵੀ ਨੇ ਲਾਸਟ ਵਾਰੀ ਕਹਿਣਾ ਜੇਕਰ ਅੱਜ ਮੈਚ ਦਾ ਸਵਾਦ ਆਇਆ ਤੇ ਇੱਕ ਵਾਰੀ ਤਾੜੀ ਮਾਰ ਕੇ ਦੱਸੋ ਪੰਜਾਬੀ ਵੀ ਨੇ ਜੋ ਸਵਾਦ ਆਇਆ ਜੋ ਮੈਚ ਤੇ ਇੱਧਰ ਮੈਨੂੰ ਮਿਲਿਆ ਲੱਗਦਾ ਅਸੂਲ ਨਹੀਂ ਸਾਡੇ ਖੜੇ ਆ ਬਾਕੀ ਜਦੋਂ ਪੰਜਾਬੀਆਂ ਨੂੰ ਭਟਾ ਕੇ ਆਉਣਾ ਸਵਾਦ ਆਉਣਾ ਹੈ ਜਦੋਂ ਦੇ ਦਿਨ ਦੀ ਮੈਚ ਦੇ ਨਹੀਂ ਹੁੰਦੀ ਹੈ ਕਿ ਉਹਦੀ ਸਵਾਦ ਆਉਂਦਾ ਸਾਹਮਣੇ ਕਹਿੰਦੇ ਵੀ ਕੀ ਭਾਸ਼ਾ ਹਿੰਮਤ ਉਹਦੇ ਪਿੰਡ ਦਾ ਕੋਸ਼ਿਸ਼ ਕਰਦਾ ਸ਼ੀਤਾ ਬੜਾ ਵਧੀਆ ਖਿਡਾਰੀ ਹੈ ਭਜਨ ਕੋਈ ਬਾਹਲਾ ਨਹੀਂ 60 ਕੀ ਕਿਲੋ ਵਜ਼ਨ ਦਾ ਖਿਡਾਰੀ ਕਬੱਡੀ ਮੈਦਾਨ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਦਾ ਹੈ ਪਰ ਸ਼ੀਤਾ ਆਪਸ ਦੇ ਸੁਪੇ ਕਾਰੀ ਨਾ ਜਾਂਦਾ ਕਬੱਡੀ ਖੇਡ ਮੈਦਾਨ ਦੇ ਵਿੱਚ ਫਿਰ ਕਬੱਡੀ ਪਾਉਣ ਦੇ ਲਈ ਵਾਧਾ ਹੋ ਰਿਹਾ ਦੂਜੀ ਟੀਮ ਦੀ ਨਹੀਂ ਵੀਰ ਲਾਸਟ ਮੈਚ ਆਪਣੀ ਕੋਲ ਕਿਉਂਕਿ ਸਵਾਦ ਨਾਲ ਬੜੀ ਗੱਲ ਹੁੰਦੀ ਹੈ ਆਪਣੀ ਸਰੀਰ ਵੱਲ ਜੋ ਹਾਨੀਆਂ ਕਿਸੇ ਨਾਲ ਲੱਗੀਆਂ ਨਿਭਾਉਣੀਆਂ ਕਹਿੰਦੇ ਨੇ ਸਿਆਣੀ ਕਰਦਾ ਸੱਜੀਆਂ
ਖਾਦੀਆਂ ਖਰਾਕਾਂ ਦਾ ਹੋਣਗੇ ਕਹਿੰਦੇ ਆ ਸਾਡੇ ਗੱਲਾਂ ਸੱਚੀਆਂ ਖਾਦੀਆਂ ਖਰਾਕਾਂ ਦਾ ਹੋਣਗੇ ਬਾਕੀ ਖਾਦੀਆਂ ਕੇ ਖਰਾਕਾਂ ਦਾ ਹੋਣਗੇ ਹਾਂਜੀ ਸਾਹਮਣੇ ਕਹਿੰਦੇ ਵੀ ਦੀਨੇ ਵਾਲਾ ਸੋਨੀ ਛੋਟੀ ਉਮਰ ਆ ਕਬੱਡੀ ਪਾਉਣਾ
ਆਵੇ ਖੇਡ ਮੈਦਾਨ ਦੇ ਵਿੱਚ ਸਾਹਮਣੇ ਖਾਈ ਪਿੰਡ ਦਾ ਗੋਲਾ ਦੋਹਾਂ ਤੋਂ ਕਰਦਾ ਹੈ ਬਾਹਰ ਖਾਈ ਵਾਲਿਆ ਮੀਤ ਦਾ ਪਿੰਡ ਹੈ ਖਾਈ ਮੇਰੇ ਗਿਰੋ ਦੀਪੇ ਦਾ ਪਿੰਡ ਹੈ ਗੁਰਸਰਨ ਸਿੰਘ ਹਾਲੇ ਦਾ ਪਿੰਡ ਹੈ ਖਾਈ ਖਾਈ ਵਾਲੇ ਗੋਰੇ ਨੇ ਕੋਸ਼ਿਸ਼ ਕੀਤੀ ਪਰ ਅੰਗ ਜਿਹੜਾ ਧਾਵੀ ਨਹੀਂ ਸੀ ਜੁੜ ਰਹੇ ਧਾਵੀ ਨਵਲੀ ਨੌਜਵਾਨ ਹੈ ਕਬੱਡੀ ਖੇਡ ਮੈਦਾਨ ਦੇ ਵਿੱਚ ਨਵਲੀ ਦੀ ਕਬੱਡੀ ਪੈਂਦੀ ਹੈ ਔਰ ਚਾਰ ਜਾਫੀ ਸਾਹਮਣੇ ਮੇਰੇ ਗਿਰੋ ਕਿਹੜਾ ਨੌਜਵਾਨ ਚੀਨ ਦੀ ਕੱਲ ਬੰਦੂ कबड्डी पाई है क्योंकि माँ प्यो डर भी मेरे पे नजर ना लग जाए कबड्डी के मैदाना अपना दुद्ध जिथे भी वाल सुनता सेवे भी मिले सेवा मखण का कोई मिल गए अपना दुद्ध सामने सोनी सोनी कबड्डी बोल पे और चार जाफियों के बीचों के नौजवान टॉप दिन के बीच आता है बन के मेरे भी धुंडा पुरती जाते हैं जिन्हें दुद्ध मावा का पीता लोग फड़ते सौखे नहीं बुंदा लखा दे कर जीता बुंदा लखा दे कर जीता वाह वाह जी नवा नवा बापू नी लिटार हो गया है हट कदी बेबे ने बड़ा समझाया है बेड़े में थाड़ थाड़ घोट मारता है बड़ा बड़ी तो पठानू फीती है नहीं बड़ा बिल्ले जो टेबड़ी नू जलूस मारता एक और ना भी फौजी है क्योंकि ਤੇ ਗੱਲ ਕੀਤੀ ਗੁਰੂ ਚੱਕਰ ਨੇ ਗਾਇਆ ਆਪਾਂ ਸਿਮਤ ਕੀਤੀ ਫੌਜੀ ਦੀ ਗੁੱਸਾ ਨਾ ਕਰਦੇ ਫੌਜੀ ਜੀ ਸਾਡੇ ਇਰਗੇ ਦੇ ਵਿੱਚ ਦੂਜੇ ਨਾਲ ਫੌਜੀ ਕਹਿੰਦਾ ਵੀ ਆਪਾਂ ਨੂੰ ਪਰਵਾਹ ਨਹੀਂ ਹੋਈ ਗੱਲ ਖਸਰ ਖੇਡਣ ਬਣ ਗਿਆ ਜਾਓ ਲਿਖਿਆ ਵਿੱਚ ਗੁਰਬਾਣੀ ਮੇਲੇ ਦੇ ਵਿੱਚ ਪੱਤਰ ਮਿਲਦੇ ਖੇਡਾਂ ਦੇ ਵਿੱਚ ਗਾਣੀ ਮੇਲੇ ਦੇ ਵਿੱਚ ਪੱਤਰ ਮਿਲਦੇ ਖੇਡਾਂ ਦੇ ਵਿੱਚ ਗਾਣੀ ਖੇਡਾਂ ਦੇ ਵਿੱਚ ਗਾਣੀ ਮਿਲਦੇ ਆ ਔਰ ਤੈਨੂੰ ਧੰਨਵਾਦ ਕਰਦੇ ਭਾਈ ਦੱਸੀ ਹੁਣ ਆਂਦਾ ਹੈ ਭਾਈ ਪਰਸੇਵ ਦਾ ਔਰ ਨਾਲ ਹੀ ਸਾਡੇ ਵੀ ਪੁੱਜੇ ਆ ਕਿਰਪਾਲ ਸਿੰਘ ਜੀ ਬੜੋਲੀ ਪਿੰਡ ਆ ਜਿਹੜਾ ਫੌਜੀ ਕਹਿੰਦੇ ਆ ਉਹ ਤੋਂ ਬਜ਼ੁਰਗ ਆ ਕਿਉਂਕਿ ਫਿਰ ਵੀ ਤਾਂ ਦੇ ਨਾਲ ਰਸਤੀ ਕਰਦਾ ਹੈ ਉਧਰ ਸਾਡਾ ਵੀ ਦਰਜੀਤ ਰੱਦ ਕਰਾ ਕੇ ਖੜਾ ਹੋਇਆ ਹੋਇਆ ਆ ਉਹ ਸਾਹਮਣੇ ਸੋਨੀ ਉਂਗਲ ਦੇਖਦੇ ਵੀ ਆ ਅੱਜ ਤੇ ਤੀਰ ਨੂੰ ਉਂਗਲ ਖੜੀ ਕਰਕੇ ਦੱਸਦਾ ਫੌਜੀ ਵੀ ਆ ਕਿ ਜਿਹੜਾ ਦੀਨੇ ਪਿੰਡ ਦਾ ਦੀਨੇ ਦਾ ਅੰਕਾ ਮੇਰੇ ਵੀ ਕਿਉਂਕਿ ਮੈਂ ਤਸੇਰ ਦਾ ਧੰਨਵਾਦ ਕਰਦਾ ਕਿਉਂਕਿ ਜਦੋਂ ਵੀ ਕਰਦਾ ਉਹ ਬੰਦਾ ਸਿੱਖੀਆ ਦਾ ਤਕੜੀ ਹੁੰਦਾ ਆਪਣੇ ਇਹਦੇ ਵਿੱਚ ਜਿਸੇ ਰੱਦ ਕਰਦੇ ਜਾਫੀ ਆ ਰੈਫਰੀ ਪੁੱਛੇ ਸੀ ਦੋਦੀ ਵੀ ਅੱਜ ਗਰਜੀਤ ਨਹੀਂ ਪੁੱਛਿਆ ਹੋਇਆ ਤਾਂ ਦੱਸਿਆ ਵੀ ਗਰਜੀਤ ਬੰਦੇ ਗਿਆ ਹੋਣਾ ਪਰ ਆ ਵੀ ਸਟਾਈਲ ਦੇ ਰੈਫਰੀ ਆ ਡਬਲ ਟੱਚ ਹੋ ਗਿਆ ਡਬਲ ਟੱਚ ਹੋ ਗਿਆ ਤਾਂ ਕਹਿੰਦਾ ਪਰ ਅੰਕ ਜਿਹੜਾ ਧਾਵੀ ਦੇ ਹਿੱਸੇ ਆ ਡਬਲੇ ਦੇ ਹਿੱਸੇ ਜਿਹੜੇ ਆ ਵੀ ਸੋਦੇ ਨਾਲ ਇਹਦਾ ਇੱਕ ਮੰਡੀ ਲਿਸ਼ਕ ਦੇ ਪਿੰਡੇ ਪੈਣ ਪੱਟਾ ਵਿੱਚ ਘੁੱਗੀ ਹੈ ਤੇ ਸਾਨਾ ਵਾਲੇ ਪਿੰਡ ਚ ਤਾਕਤ ਨਹੀਂ ਗੁਣੀ ਹੈ ਸਾਨਾ ਵਾਲੇ ਪਿੰਡ ਚ ਤਾਕਤ ਨਹੀਂ ਗੁਣੀ ਸਾਨਾ ਵਾਲੇ ਪਿੰਡ ਚੜਤ ਵਾਲੀ ਹੈ ਕਾਂਡ ਕਰੂ ਗਾਣ ਵਿੱਚ ਵੀ ਉਹ ਨਾਮ ਕੇ ਵਾਲਾ ਵਾਲੀਆਂ ਦੋ ਹੱਥ ਕਰਦਾ ਸਲਾਈਆਂ ਦੇ ਨਾਲ ਕੰਨੇ ਕਬੱਡੀਆਂ ਮਾਰਦੇ ਸੋਦੀ ਨਾਮ ਹੀ ਬੜਾ ਸੋਹਣਾ ਹੈ ਤੇ ਕਬੱਡੀ ਵੀ ਬੜੀ ਸੋਹਣੀ ਪਾਉਂਦਾ ਹੈ ਆਹ ਸਾਹਮਣੇ ਮੇਰੇ ਵੀ ਉਹ ਨੰਦੀ ਪਿਆ ਗੁੱਟ ਫੜਿਆ ਵਾਲੀਆਂ ਦੇ ਗੁੱਟ ਝਾੜਿਆ ਔਰ ਧਾਵੀ ਹੋਏ ਅੱਜ ਦਾ ਲੱਗਦਾ ਬਾਪ ਸੋਣਾ ਹੋਵੇ ਔਰ ਤਾੜੀਆਂ ਮਾਰਦੇ ਨੂੰ ਦਰਸ਼ਕਾਂ ਮਾਸਟ ਪਾਇਦੇ ਕਿਉਂਕਿ ਕਬੱਡੀ ਬੜੀ ਸੋਹਣੀ ਪਾਉਂਦੀ ਉਮਰ ਬਾੜੀ ਨਹੀਂ ਖਾਰਾ ਉੰਨੇ ਅੱਜ ਸਾਡਾ ਦਾ ਨਾਇਰ ਨੇ ਕਬੱਡੀ ਦੇ ਮੈਦਾਨ ਵਿੱਚ ਕਬੱਡੀ ਪਾਉਂਦਾ ਹੋਇਆ ਧਾਵੀ ਨਵਲੀ ਬਣ ਗਿਆ ਹੈ ਕਬੱਡੀ ਖੇਡ ਮੈਦਾਨ ਦੇ ਵਿੱਚ ਨਵਲੀ ਦੀ ਫਿਰਦੀ ਲੰਗੀ ਨੇ ਲਿਖਿਆ ਸੀ ਕਹਿੰਦਾ ਪਾੜੀ ਇਸੇ ਦੀ ਚੜ ਕੇ ਨਹੀਂ ਖੇਡ ਖੇਡੀ ਜਾਂਦੀ ਪਾੜੀ ਇਸੇ ਦੀ ਚੜ ਕੇ ਨਹੀਂ ਖੇਡ ਖੇਡੀ ਜਾਂਦੀ ਨਹੀਂ ਖੇਡੀ ਜਾਵੇ ਪਾ ਕੇ ਕਿਸੇ ਮਸੂਕ ਦੀ ਨਿਸ਼ਾਨੀ ਮਿੱਤਰੋ ਕਹਿੰਦਾ ਜਿਹੜੇ ਤੇ ਗੱਲਾਂ ਤੋਂ ਰਹਿਣਾ ਦੂਰ ਪੈਂਦਾ ਹੈ ਨਸਾ ਆਸ਼ਕੀ ਦੇ ਦੀਜੀ ਅੱਜ ਨਾਨੀ ਮਿੱਤਰੋ ਤਾਂਗੀ ਫਿਬਤ ਪੁਰੀਆ ਲੰਗੀ ਅੱਜ ਦੁਨੀਆ ਦਾ ਸਟਾਰ ਮਿੱਤਰੋ ਤਾਂਗੀ ਫਿਬਤ ਪੁਰੀਆ ਲੰਗੀ ਦੁਨੀਆ ਦਾ ਸਟਾਰ ਮਿੱਤਰੋ ਤਾਂਗੀ ਸਟਾਰ ਬਣਦੇ ਲਈ ਮਾੜੇ ਕੰਮਾਂ ਨੂੰ ਤਿਆਗਣਾ ਪੈਂਦਾ ਤਾਂ ਹੀ ਜਾ ਕੇ ਇੱਕ ਦਿਨ ਸਟਾਰ ਬਣਿਆ ਜਾਂਦਾ ਹੈ ਕੀਰੀ ਧਾਰੀ ਵਿੱਚ ਇਹ ਕਬੱਡੀ ਖੇਡਣ ਦੇ ਲਈ ਚੋਟਾਂ ਦੀਆਂ ਮਾਰਾਂ ਚੱਲਦੀਆਂ ਪੈਂਦੀਆਂ ਬੈਠ ਖੁੱਲਣ ਦੀ ਮਾੜੀ ਆਦਤ ਗੱਪਾਂ ਦੀ ਤੂੰ ਨੱਟ ਬੈਠ ਕੇ ਲਾੜਾ ਤੁਹਾਡੀ ਖੋਜੀ ਲੁਕਣ ਦੀ ਤੂੰ ਨੱਟ ਬੈਠ ਕੇ ਲਾੜਾ ਤੁਹਾਡੀ ਖੋਜੀ ਲੁਕਣ ਦੀ ਪਾਣੀ ਲਵਲੀ ਵਾਲਿਆ ਦਾ ਕਬੱਡੀ ਡਾਲੇ ਭਰ ਕੇ ਉਸ ਗਮਰੂ ਦੇ ਪੱਟ ਮੋਰ ਦੀ ਮੱਥੇ ਦੇ ਚੱਲ ਮਿੱਤਰੋ ਖੇਡ ਕਬੱਡੀ ਖੇਡੋ ਹੀ ਸਕਦੇ ਆ ਜਿਹੜੇ
ਟੱਪਦੇ ਨਹੀਂ ਬਗਾਦੇ ਕੰਧ ਮਿੱਤਰੋ ਜਿਹੜੇ ਟੱਪਦੇ ਨਹੀਂ ਬਗਾਦੇ ਕੰਧ ਮਿੱਤਰੋ ਕਬੱਡੀ ਉੱਠੀ ਖੇਡ ਸਕਦੇ ਔਰ ਸਾਹਮਣੇ ਆਇਓ ਤਾਂ ਦੋਨਾਂ ਫਕਰ ਦਾ ਦੀਨੇ ਵਾਲਾ ਨਾਲ ਕਸਾ ਜਿਵੇਂ ਬਾਬੇ ਗਰਦਾਸ ਬੰਦੇ ਗਏ ਕਾਂਦੀ ਕਾਂਦ ਰੱਟਾ ਲੈ ਵਰਗੀ ਕਾਂਦ ਭਰੀ ਵਰਗੀ ਮਰ ਜਾਣੇ ਬਾਹਰ ਭਰਾੜਾ ਦੇ ਕੰਬਲੇ ਜਿੱਤੇ ਵਰਗੀ ਮਰ ਜਾਣੇ ਬਾਹਰ ਭਰਾੜਾ ਦੇ ਕੰਬਲੇ ਜਿੱਤੇ ਵਰਗੀ ਆ ਵੀ ਛੋਟੀ ਵਰਗਾ ਤਾਂ ਕਬੱਡੀ ਖੇਡ ਦਾ ਦੇ ਵਿੱਚ ਸੋਨੀ ਕਬੱਡੀ ਪਾਉਂਦੇ ਲਈ ਵਾਦਾ ਹੋਇਆ ਔਰ ਚਾਰ ਜਫੇ ਗੁਰੇ ਦੌਰੀਆਂ ਨਾਲ ਤੇਰੇ ਘਰਾਣੇ ਜਫੇ ਨੂੰ ਦਰਸ਼ਕ ਠੀਕ ਦੇ ਆ ਵੀ ਖਾਈ ਵਾਲਾ ਗੋਦਾ ਕਿਦੋਂ ਜਫਾ ਲਾਉਂਦਾ ਔਰ ਕੰਦੀ ਦੇ ਉੱਪਰ ਆਏ ਦੌਰੀਆਂ ਨੂੰ ਖਾਈ ਵਾਲਾ ਗੋਦਾ ਗੋਦਾ ਜਫਾ ਕਿਉਂ ਲੱਗਿਆ ਦੌਰੀਆਂ ਨਾਲ ਫੌਜੀ ਇਹਨਾਂ ਸੰਤਾਨ ਦੇ ਵਿੱਚ ਪੂਰੇ ਤੜ ਦੇ ਵਿੱਚ ਦੱਸਦਾ ਵੀ ਅੱਗੇ ਜਿਹੜਾ ਸੋਨੀ ਦੇ ਹਿੱਸੇ ਜੁੜ ਗਏ ਸੋਨੀ ਦੇ ਹਿੱਸੇ ਜੁੜ ਗਏ ਆ ਵੀ ਲੱਗੀ ਕਬੱਡੀ ਸਰਬਤ ਪਿਆਰ ਦੇ ਮਿੱਤਰਾਂ ਜੋ ਬੁੱਲ ਸੁੱਕ ਕੇ ਦਰਾਸਿਆ ਹੋਇਆ ਬਾਕੀ ਬੁੱਲ ਸੁੱਕਦੇ ਆ ਜਦੋਂ ਬਗਾਨੇ ਪੁੱਤਾਂ ਦੀ ਕਬੱਡੀ ਹੋਣੀ ਮਿਲਦੀ ਹੈ ਬੜੀ ਔਖੀ ਹੈ ਕਬੱਡੀ ਹੋਣੀ ਮਿਲਦੀ ਮੇਰੇ ਵਰਗਾ ਘਰ ਬੈਠੀ ਬੰਦੇ ਨੂੰ ਨਾਵੇਂ ਦਿਖਾਈ ਜਾਂਦਾ ਪਰ ਪਤਾ ਪਰ ਆਪੇ ਇੱਥੇ ਲੱਗਦਾ ਕਬੱਡੀ ਦੇ ਮੈਦਾਨਾਂ ਵਿੱਚ ਬਾਹਰ ਹੋ ਗਿਆ ਤਾਂ ਬਾਹਰ ਹੋ ਗਿਆ ਤਾਂ ਗੁੱਟ ਫੜਿਆ ਲੱਗ ਗਿਆ ਜੀ ਤਾਲੇ ਫੜਕਦੇ ਉਸ ਗੱਭਰੂ ਦੇ ਪੱਟ ਉਧਰ ਨਹੀਂ ਮੱਥੇ ਤੇ ਜੱਦ ਮਿੱਤਰੋ ਖੇਡ ਕਬੱਡੀ ਖੇਡੋ ਜੀ ਸਕਦੇ ਆ ਜਿਹੜੇ ਟੱਪਦੇ ਨੇ ਬਗਾਨੇ ਕੰਧ ਵਿੱਚ ਕਬੱਡੀ ਪਾਉਣੀ ਅੱਲੇ ਦਾ ਮੈਂ ਸਾਹਮਣੇ ਵਾਲੀ ਪੀੜ ਕਰਵਾਉਣੀ ਹੈ ਪਾਵੀ ਨਵੀਂ ਦਾ ਕਬੱਡੀ ਸੋਧੀ ਕਹਿੰਦਾ ਖੇਡ ਕਬੱਡੀ ਖੇਡੋ ਨਹੀਂ ਸਕਦੇ ਜਿਹੜੇ ਪਾਉਂਦੇ ਨੇ ਡਹਿਰੀਆਂ ਤੇ ਦੁੱਧ ਮਿੱਤਰੋ ਬਗਾਨੇ ਤੇ ਪੁੰਜ ਚੁੱਕਦੇ ਜਿਵੇਂ ਚੁੱਕਦੇ ਕਾਟ ਕਪਾਹ ਦੇ ਫੁੱਟ ਮਿੱਤਰੋ ਜਿਵੇਂ ਚੁੱਕਦੀ ਕਾਟ ਕਪਾਹ ਦੇ ਫੁੱਟ ਮਿੱਤਰੋ ਬਾਕੀ ਬਗਾਨੇ ਪੁੱਤ ਦਸੇਬ ਕਪਾਹ ਦੇ ਫੁੱਟਾਂ ਤੋਂ ਕੋ ਚੁੱਕਦੇ ਆ ਪਰਾਇ ਬਣ ਜਾਂਦੇ ਗੁੱਟ ਫੜਦੇ ਆ ਜਿੱਥੋਂ ਮਰਜੀ ਬੰਗਾ ਚੜਵਾ ਲਈ ਮਿੱਤਰਾਂ ਦਾ ਨਾਮ ਚੱਲਦਾ ਹੈ ਪਰ ਕਬੱਡੀ ਦੇ ਵਿੱਚ ਪੰਜਾਬੀ ਦਾ ਨਾਮ ਚੱਲਦਾ ਹੈ ਅੰਕ ਜਿਹੜਾ ਕਾਵੀ ਦੇ ਹਿੱਸੇ ਹੈ ਲੋਟ ਕਰੋ ਜੀ ਦੀਨਾ ਸਾਹਿਬ ਦੀ ਟੀਮ ਚੱਲਦੇ ਖਾਇ ਜੋ ਮਿੱਤਰ ਹੈ ਅਰਦਾਸ ਜੋ ਕਿਸੇ ਵੀ ਸਾਹਮਣੇ ਖਾਬ ਕੋ ਸ਼ਬਦ ਹੋ ਜਾਏਗਾ ਹੋਵੇ ਤਾਂ ਬੜਾ ਛੋਟਾ ਬੱਚਾ ਸੁਣ ਕੇ ਮਾਫ ਕਰ ਦੇ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਦਰਸ਼ਕ ਜਿਹੜਾ ਤੇ ਖਿਡਾਰੀ ਜਿਹੜਾ ਪੰਚਾਇਤ ਮੈਂਬਰ